SSP ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਖਾਸ ਕਰਕੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਅਤੇ DGP ਪੰਜਾਬ ਦੀਆਂ ਹਦਾਇਤਾਂ ਤਹਿਤ ਪੁਲਿਸ ਪ੍ਰਸ਼ਾਸਨ ਹੋਰ ਵੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਬਰਨਾਲਾ ਪੁਲਿਸ ਨੇ ਸ਼ਰਾਰਤੀ ਅਨਸਰਾਂ ਖਿਲਾਫ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਬਰਨਾਲਾ ਪੁਲਿਸ ਨੇ ਧਨੌਲਾ ਵਿੱਚ ਇੱਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਬਰਾਮਦ ਹੋਈ। ਉਹਨਾਂ ਦੱਸਿਆ ਕਿ ਇਸ ਟਰੱਕ ਵਿੱਚੋਂ 21 ਕੁਇੰਟਲ ਭੁੱਕੀ ਬਰਾਮਦ ਹੋਈ ਹੈ, ਜਿਸ ਵਿੱਚ ਪ੍ਰਤੀ ਬੋਰੀ 20 ਕਿਲੋ ਭੁੱਕੀ ਭਰੀ ਗਈ। ਉਹਨਾਂ ਦੱਸਿਆ ਕਿ ਟਰੱਕ ਚਾਲਕ ਵਿਕਰਮ ਕੁਮਾਰ, ਜੋ ਕਿ ਸਿਰਸਾ ਹਰਿਆਣਾ ਦਾ ਰਹਿਣ ਵਾਲਾ ਹੈ, ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਭੁੱਕੀ ਰਾਜਸਥਾਨ ਤੋਂ ਆ ਰਹੀ ਸੀ, ਪਰ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਨਸ਼ੀਲੇ ਪਦਾਰਥ ਕਿਸ ਨੇ ਮੰਗਵਾਏ ਸਨ ਅਤੇ ਕਿੱਥੇ ਲਿਜਾਣੇ ਸਨ। ਉਹਨਾਂ ਦੱਸਿਆ ਕਿ ਮੁਲਜ਼ਮ ਖਿਲਾਫ਼ ਥਾਣਾ ਧਨੌਲਾ ਵਿੱਚ NDPS ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੀ, ਜਿੱਦਾਂ ਤੁਹਾਨੂੰ ਪਤਾ ਹੈ MCC ਇਜ਼ ਇਨ ਫੋਰਸ ਐਂਡ ਐਜ਼ ਪਰ ਦੀ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ DGP ਪੰਜਾਬ, ਪੰਜਾਬ ਪੁਲਿਸ ਐਂਟੀ ਡਰੱਗ ਕੈਂਪੇਨ ਚੱਲ ਰਿਹਾ ਹੈਗਾ। ਬਰਨਾਲਾ ਪੁਲਿਸ ਵੱਲੋਂ ਵੀ ਡਰੱਗਸ ਦੇ ਖਿਲਾਫ਼ ਲਗਾਤਾਰ ਮੁਹਿੰਮ ਜਾਰੀ ਹੈ। ਉਹਦੇ ਤਹਿਤ ਹੀ ਸਾਡੀ ਟੀਮ, ਜਿਹਨੂੰ ਕਿ ਲੀਡ ਕਰ ਰਹੇ ਸੀਗੇ ਸਾਡੇ SPD ਸੰਦੀਪ ਮੰਡ ਜੀ ਐਂਡ ਉਹਨਾਂ ਦੇ ਨਾਲ DSPD ਰਜਿੰਦਰ ਪਾਲ ਜੀ, DSP ਬਰਨਾਲਾ ਸਤਵੀਰ ਸਿੰਘ, ਇੰਚਾਰਜ ਸਪੈਸ਼ਲ ਬ੍ਰਾਂਚ ਇੰਸਪੈਕਟਰ ਬਲਜੀਤ ਸਿੰਘ ਐਂਡ ਇੰਚਾਰਜ CIA ਸਬ ਇੰਸਪੈਕਟਰ ਯਸ਼ਪਾਲ, ਉਹਨਾਂ ਦੀ ਟੀਮਸ ਨੂੰ ਅੱਛੀ ਉਪਲਬਧੀ ਮਿਲੀ ਹੈ। ਇੱਕ ਇਨਫੋਰਮੇਸ਼ਨ ਬੇਸਿਸ 'ਤੇ ਉਹਨਾਂ ਨੇ ਇੱਕ ਟਰੱਕ ਨੂੰ ਰੋਕਿਆ ਸੀਗਾ ਧਨੌਲੇ, ਕੱਲ ਦੀ ਵਾਰਦਾਤ ਹੈ। ਉਹਦੇ ਮੱਦੇਨਜ਼ਰ ਅਸੀਂ FIR ਵੀ ਦਰਜ ਕੀਤੀ ਹੋਈ ਹੈ NDPS ਦੇ ਐਕਟ ਦੇ ਤਹਿਤ। ਉਹਦੇ ਵਿੱਚੋਂ ਜੋ ਟਰੱਕ ਅਸੀਂ ਫੜਿਆ ਹੈਗਾ, ਇਹ ਹਰਿਆਣਾ ਰਜਿਸਟਰਡ ਟਰੱਕ ਹੈ। ਉਹਨੂੰ ਜਦੋਂ ਚੈੱਕ ਕੀਤਾ ਗਿਆ, ਉਹਦੇ ਵਿੱਚੋਂ 105 ਬੋਰੀਆਂ, ਜੋ ਕਿ ਵੇਇੰਗ ਅਰਾਊਂਡ 20 kgs ਈਚ, ਜੋ ਕਿ ਬਣਦਾ ਹੈਗਾ 2100 kg, 21 ਕੁਇੰਟਲ ਭੁੱਕੀ ਚੂਰਾ ਪੋਸਟ ਪੋਪੀ ਹਸਕ ਅਸੀਂ ਬਰਾਮਦ ਕੀਤੀ ਹੈ, ਜੋ ਕਿ ਇੱਕ ਹੈਵੀ ਕਮਰਸ਼ੀਅਲ ਕੁਆਂਟਿਟੀ ਹੈ। ਜੋ ਇਹ ਐਕਿਊਜ਼ ਅਸੀਂ ਫੜਿਆ ਹੈਗਾ, ਵਿਕਰਮ ਕੁਮਾਰ ਹੈਗਾ, ਸਿਰਸਾ ਹਰਿਆਣੇ ਦਾ ਰਹਿਣ ਵਾਲਾ, ਜੋ ਕਿ ਇਹਨੂੰ ਚਲਾ ਰਿਹਾ ਸੀਗਾ। ਹਾਲ ਕੀ ਘੜੀ ਜੀ ਜੋ ਇਹਦੀ ਅਸੀਂ ਪਤਾ ਕੀਤਾ, ਇੰਟੈਰੋਗੇਸ਼ਨ ਜੋ ਪ੍ਰੀਲਿਮਨਰੀ, ਇਹ ਜੋ ਟਰੱਕ ਇਹ ਸਮਾਨ ਲੈ ਕੇ ਆ ਰਿਹਾ ਸੀਗਾ, ਇਹ ਰਾਜਸਥਾਨ ਤੋਂ ਕੰਸਾਈਨਮੈਂਟ ਚੱਲੀ ਸੀਗੀ। ਅੱਗੇ ਅਸੀਂ ਬੈਕਵਰਡ ਅਤੇ ਫੋਰਵਰਡ ਲਿੰਕੇਜਿਸ ਅਸਟੈਬਲਿਸ਼ ਕਰਾਂਗੇ ਕਿ ਇਹ ਸਮਾਨ ਜਾਣਾ ਕਿੱਥੇ ਸੀਗਾ ਅਤੇ ਕਿਹਨੇ ਭੇਜਿਆ ਅਤੇ ਐਗਜੈਕਟ ਇਹਦਾ ਓਰੀਜਨ ਕਿੱਥੇ ਸੀਗਾ। ਮਾਰਕੀਟ ਵੈਲਿਊ ਜੀ ਅਸੀਂ ਅਸੈਸ ਕਰਕੇ ਦੱਸ ਦਾਂਗੇ, ਬਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਰਾਊਂਡ 2100 kg ਪੋਪੀ ਹਸਕ ਹੈਗਾ, ਤਾਂ ਕਾਫ਼ੀ ਹੈਵੀ ਕਮਰਸ਼ੀਅਲ ਕੁਆਂਟਿਟੀ ਬਣਦੀ ਹੈ। ਹਾਲ ਕੀ ਘੜੀ ਐਜ਼ ਦਾ ਅਕਿਊਜ਼ ਬਿਲੋਂਗਸ ਟੂ ਹਰਿਆਣਾ, ਹਾਲ ਕੀ ਘੜੀ ਸਾਨੂੰ ਇਹਦਾ ਕੋਈ ਇੱਦਾਂ ਕ੍ਰਿਮੀਨਲ ਪਾਸ ਨਹੀਂ ਮਿਲਿਆ। ਉਹੀ ਅਸੀਂ ਜੀ ਅਭੀ ਤੋਂ ਫਿਲਹਾਲ ਫੜਿਆ ਹੀ ਹੈਗਾ, ਅਸੀਂ ਇਹਨੂੰ ਪੇਸ਼ ਕਰਕੇ ਮਾਲ ਮੁਕਦਮਾ ਸਾਰਾ ਪੇਸ਼ ਕਰਕੇ ਰਿਮਾਂਡ ਲਵਾਂਗੇ ਅਤੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਕਿ ਬੈਕਗਰਾਊਂਡ ਕੀ ਹੈਗਾ, ਕਿਵੇਂ ਉਹਨਾਂ ਦੇ ਕੋਂਟੈਕਟ 'ਚ ਆਇਆ, ਕੌਣ ਇਹਦੇ ਹੋਰ ਇਸ ਕੌਨਸਪਿਰੇਸੀ ਇਸ ਐਕਟ ਦੇ ਵਿੱਚ ਇਹਦੇ ਸਾਥੀ ਹੈਗੇ। ਦੇਖੋ, ਇਲੈਕਸ਼ਨ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ, ਜਿੱਦਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੀ ਹਦਾਇਤ ਹੈਗੀ, ਅਸੀਂ ਸਾਰੇ ਤਾਂ ਕਿ ਇੱਕ ਫਰੀ ਐਂਡ ਫੇਅਰ ਇਲੈਕਸ਼ਨ ਕਰਾਈ ਜਾ ਸਕੇ, ਇਸ ਕਰਕੇ ਨਸ਼ਿਆਂ ਦੇ ਖਿਲਾਫ਼ ਸਾਡੀ ਮੁਹਿੰਮ ਜਾਰੀ ਹੈ। ਉਹਦੇ ਮੱਦੇਨਜ਼ਰ ਹੀ ਇਹ ਕਾਫ਼ੀ ਵੱਡੀ ਖੇਪ, ਛੋਟੀ ਵੀ ਅਸੀਂ ਹਰ ਰੋਜ਼ ਐਕਸਾਈਜ਼ ਦੇ NDPS ਦੇ ਰਿਕਵਰੀ ਸਾਡੀ ਹੁੰਦੀ ਰਹਿੰਦੀ ਹੈ ਛੋਟੀ ਛੋਟੀ, ਬਟ ਇਹ ਕਾਫ਼ੀ ਵੱਡੀ ਹੈਵੀ ਕਮਰਸ਼ੀਅਲ ਕੁਆਂਟਿਟੀ ਹੈ, ਵਨ ਆਫ ਦੀ ਬਿਗੈਸਟ। ਇਹ ਜੀ ਅੱਗੇ ਜਿੱਦਾਂ ਕਿ ਕਾਫ਼ੀ ਤੁਹਾਨੂੰ ਪਤਾ ਹੀ ਹੈ, ਇੱਥੇ ਲਾਗੇ ਜੋ ਡਿਸਟ੍ਰਿਕਟਸ ਹੈ ਉਹਦੇ ਵਿੱਚ ਜਾਣੀ ਸੀਗੀ, ਸਪੈਸੀਫਿਕਸ ਅਸੀਂ ਜਦੋਂ ਇੰਟਰੋਗੇਸ਼ਨ ਕਰਾਂਗੇ ਫਿਰ ਆ ਜਾਵਾਂਗੇ। ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ, ਸੰਪਰਕ ਕਰੋ।